ਇਹ ਦੇਖੋ ਕਿੰਨਾ ਧੱਕਾ ਕਰ ਰਿਹਾ, ਹੱਥੇ ਪੈ ਰਿਹਾ, ਧੱਕਾ ਕਰ ਰਿਹਾ, ਦੇਖ ਲੋ ਮਾਸ਼ੀ ਕਰ ਰਿਹਾ ਆਪਣੀ ਦੁਕਾਨ ਦੇ ਉੱਤੇ, ਠੀਕ ਹੈ। ਇਹਨੇ ਪੈਸੇ ਰੱਖੇ ਦੇ ਅੰਦਰ, ਕਹਿੰਦਾ ਨਾ ਗੱਡੀ ਮਿਲਣੀ ਤੇ ਨਾ ਹੀ ਪੈਸੇ ਮਿਲਣੇ। ਕਰਕੇ ਗੱਡੀ ਵਿੱਚ ਨੂੰ ਕੀਤਾ ਵੀ ਆਇਓ ਗੱਡੀ ਵਧੀਆ ਫਲਾਣਾ ਤੇ ਆਪਾਂ ਗੱਡੀ ਇੱਥੇ ਲੈਣਾ ਹੈ। ਇਹਨਾਂ ਨੇ ਕਿਹਾ ਕਿ 9000 ਤੁਹਾਡੀ ਕਿਸ਼ਤ ਬਣੇਗੀ, 30000 ਤੁਸੀਂ ਲੈ ਕੇ ਦੇ ਦਿਓ। ਅਸੀਂ ਪੜ੍ਹਦੇ ਵੀ ਹਾਂ ਨਾਲ ਨਾਲ, ਸਕੂਲੋਂ ਆ ਕੇ ਗੱਡੀ ਚਲਾਉਣੀ ਹੁੰਦੀ ਆ, ਮੈਂ ਤਾਂ ਸ਼ਰਮ ਵੀ ਨਹੀਂ ਕਰਦਾ, ਫਿਰ ਵੀ ਮੈਂ ਸਕੂਲ ਵੀ ਲੈ ਆਉਂਦਾ ਗੱਡੀ। ਅਤੇ ਇਹਨਾਂ ਨੇ ਮੈਂ ਇਹਦੇ ਕੋਲ ਆਉਣਾ ਕਿ ਕੱਲ੍ਹ ਆਇਓ, ਅੱਜ ਬੰਦਾ ਰੋਟੀ ਖਾਏ ਦਾ ਫਲਾਣਾ ਕਰਨਾ, ਇੱਦਾਂ ਕਰਦੇ ਆ, ਧੱਕਾ ਕਰਦੇ ਪਿਆ ਸ਼ਰੇਆਮੀ, ਆ ਕੇ ਇੱਧਰ ਆਓ ਅਤੇ ਬਦਮਾਸ਼ੀ ਖਾਂਦੇ ਆ। ਹੋ ਗਿਆ ਗੱਡੀ ਅੰਦਰ, ਕਹਿੰਦੇ ਤੇਰੀ ਬੈਟਰੀ ਚੇਂਜ ਹੋ ਜਾਏਗੀ, ਤੈਨੂੰ ਇਹ ਕਰ ਦਾਂਗੇ, ਤੇਰੀ ਗੱਡੀ ਸੈੱਟ ਹੋ ਜਾਏਗੀ। ਵੀਰ ਅੱਜ ਬੁੱਧਵਾਰ ਹੋ ਗਿਆ, ਪਿਛਲੇ ਸ਼ੁੱਕਰਵਾਰ ਦੀ ਗੱਡੀ ਲੱਗੀ, ਮਗਰ ਗੱਡੀ ਫੇਰ ਵੀ ਨਹੀਂ ਸੈੱਟ ਚੱਲਦੀ। ਪਠਾਨਕੋਟ ਦੇ ਨਾਲ ਲੱਗਦੇ ਸਰਨਾ 'ਚ ਸਥਿਤ ਭਗਵਤੀ ਆਟੋ 'ਚ ਮਾਹੌਲ ਉਸ ਵਕਤ ਤਣਾਅਪੂਰਨ ਹੋ ਗਿਆ ਜਦੋਂ ਗ੍ਰਾਹਕਾਂ ਵੱਲੋਂ ਭਗਵਤੀ ਆਟੋ ਦੇ ਮਾਲਕ ਦੇ ਉੱਤੇ ਆਰੋਪ ਲਗਾਏ ਗਏ ਕਿ ਭਗਵਤੀ ਆਟੋ ਦੇ ਮਾਲਕ ਨੇ ਉਹਨਾਂ ਦੇ ਨਾਲ ਈ ਰਿਕਸ਼ਾ ਨੂੰ ਲੈ ਕੇ ਧੋਖਾਧੜੀ ਕੀਤੀ ਹੈ। ਉਹਨਾਂ ਕਿਹਾ ਕਿ 16% ਵਿਆਜ 'ਤੇ ਲੋਨ ਦਵਾ ਕੇ ਉਹਨਾਂ ਨੂੰ ਈ ਰਿਕਸ਼ਾ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ 16% ਵਿਆਜ 'ਤੇ ਈ ਰਿਕਸ਼ਾ ਖਰੀਦ ਲਿਆ। ਉਹਨਾਂ ਨੇ ਦੱਸਿਆ ਕਿ ਈ ਰਿਕਸ਼ਾ ਲੈਣ ਤੋਂ ਕੁਛ ਸਮੇਂ ਬਾਅਦ ਹੀ ਖਰਾਬੀ ਆਉਣੀ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਉਹਨਾਂ ਵੱਲੋਂ ਭਗਵਤੀ ਆਟੋ ਦੇ ਮਾਲਕ ਨੂੰ ਦੱਸਿਆ ਗਿਆ ਅਤੇ ਜਦੋਂ ਅਸੀਂ ਏਜੰਸੀ ਵਿੱਚ ਆਉਂਦੇ ਹਾਂ ਤਾਂ ਭਗਵਤੀ ਆਟੋ ਦੇ ਮਾਲਕ ਸਾਡੇ ਨਾਲ ਬਹੁਤ ਹੀ ਬਦਤਮੀਜ਼ੀ ਨਾਲ ਪੇਸ਼ ਆਉਂਦੇ ਹਨ ਅਤੇ ਸਾਨੂੰ ਪੜਤਾਲੀ ਵੀ ਕਰਦੇ ਹਨ। ਦੂਜੇ ਪਾਸੇ ਜਦੋਂ ਇਸ ਸਾਰੇ ਮਾਮਲੇ 'ਚ ਭਗਵਤੀ ਆਟੋ ਦੇ ਮਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣਾ ਪੱਖ ਰੱਖਦੇ ਹੋਏ ਦੱਸਿਆ ਕਿ ਇਹ ਸਭ ਗਲਤ ਹੈ, ਇਹ ਸਾਰਾ ਡਰਾਮਾ ਕਿਸ਼ਤਾ ਦੇਣ ਕਰਕੇ ਈ ਰਿਕਸ਼ਾ ਦੇ ਚਾਲਕਾਂ ਵੱਲੋਂ ਕੀਤਾ ਜਾ ਰਿਹਾ। ਉਹਨਾਂ ਦੱਸਿਆ ਕਿ ਜੋ ਚੀਜ਼ ਦੀ ਗਰੰਟੀ ਪਿੱਛੋਂ ਆਉਂਦੀ ਹੈ ਉਹ ਗ੍ਰਾਹਕਾਂ ਨੂੰ ਨਾਲ ਦੀ ਨਾਲ ਦਿੱਤੀ ਜਾਂਦੀ ਹੈ। ਹਾਂਜੀ, ਕੀ ਨਾਂ ਜੀ ਆਪਣਾ? ਵੀਰ ਮੇਰਾ ਨਾਂ ਸੁਰਿੰਦਰ। ਕੀ ਗੱਲਬਾਤ ਹੋਈ ਹੈ? ਵੀਰ ਮੇਰੀ ਗੱਡੀ ਨਾ ਐਕਚੁਲੀ ਇਹਨਾਂ ਨੇ ਮੇਰਾ ਲੋਨ ਕਰਵਾਇਆ, ਮੈਂ ਪਾਰਟ ਟਾਈਮ ਕੰਮ ਕਰਦਾ ਜੀ, ਠੀਕ ਹੈ। ਮੈਂ ਸੋਚਿਆ ਚਲੋ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਇਹਦੇ ਨਾਲ, ਮੈਂ ਕੀ ਕੀਤਾ ਗੱਡੀ ਇਹਨਾਂ ਕੋਲ ਲੈ ਲਈ। ਇਹਨਾਂ ਨੇ ਬਈਆ ਮੈਨੂੰ ਵਿਆਜ ਹੀ ਨਾ ਪਵਾਤਾ 16%, ਮੈਂ ਤਾਂ ਵੀ ਗੱਡੀ ਲੈ ਲਈ। 9000 ਕਿਸ਼ਤ ਬਈਆ, 2 ਘੰਟੇ ਗੱਡੀ ਚਲਾਵਾਂਗਾ, ਕਿੱਥੋਂ ਕੱਢਣੀ ਹੈ ਬਈਆ? ਪਿਛਲੇ ਸ਼ੁੱਕਰਵਾਰ ਦੀ ਕੀ, ਮੇਰੀ ਗੱਡੀ ਜਦੋਂ ਖਰਾਬ ਹੋਈ 1400 ਕਿਲੋਮੀਟਰ 'ਤੇ, 1400 ਕਿਲੋਮੀਟਰ 'ਤੇ ਇਹਨਾਂ ਨੇ ਮੇਰਾ ਸਪੈਂਸ਼ਨ ਚੇਂਜ ਕੀਤਾ। ਮੈਂ ਇਹਨਾਂ ਨੂੰ ਕਿਹਾ ਮੈਂ ਗੱਡੀ ਨਹੀਂ ਲੈਣੀ, ਇਹਨਾਂ ਨੇ ਫਿਰ ਮੇਰਾ ਧੱਕੇ ਨਾਲ ਮੈਨੂੰ ਕਹਿੰਦੇ ਚਲਾਈ ਆ। ਹੁਣ ਵੀ ਇਹ ਮੇਰੀ ਗੱਡੀ 10000 ਕਿਲੋਮੀਟਰ 'ਤੇ ਚੱਲੀ ਹੈ ਨਾ, ਅਤੇ ਮੇਰੀ ਗੱਡੀ ਨੂੰ ਘੱਟ ਤੋਂ ਘੱਟ ਹਫ਼ਤਾ ਹੋ ਗਿਆ ਗੱਡੀ ਅੰਦਰ, ਕਹਿੰਦੇ ਤੇਰੀ ਬੈਟਰੀ ਚੇਂਜ ਹੋ ਜਾਏਗੀ, ਤੈਨੂੰ ਇਹ ਕਰ ਦਾਂਗੇ, ਤੇਰੀ ਗੱਡੀ ਸੈੱਟ ਹੋ ਜਾਏਗੀ। ਵੀਰ ਅੱਜ ਬੁੱਧਵਾਰ ਹੋ ਗਿਆ, ਪਿਛਲੇ ਸ਼ੁੱਕਰਵਾਰ ਦੀ ਗੱਡੀ ਲੱਗੀ, ਮਗਰ ਗੱਡੀ ਫੇਰ ਵੀ ਨਹੀਂ ਸੈੱਟ ਚੱਲਦੀ। ਵੀ ਹੁਣ ਦੱਸੋ ਮੈਂ ਕੀ ਕਰਾਂ? ਕੀ ਕਹਿੰਦੇ ਕੀ ਹੈ ਕੰਪਨੀ? ਵੀ ਕਹਿੰਦੇ ਗੱਡੀ ਸੈੱਟ ਹੋ ਜਾਏਗੀ, ਹੁਣ ਕਹਿੰਦੇ ਕੁਛ ਨਹੀਂ ਹੋਣਾ ਰਿਪੇਅਰ। ਮੈਂ ਕਿਹਾ ਮੇਰੇ ਪੈਸੇ ਵਾਪਸ ਦੇ ਦਿਓ, ਮੈਂ ਗੱਡੀ ਨਹੀਂ ਚਲਾਉਣੀ, ਤੁਹਾਡੇ ਘਰ ਗੱਡੀ ਲੱਗੀ ਹੈ, ਕੰਪਨੀ ਦੇ ਵਿੱਚ ਗੱਡੀ ਲੱਗੀ ਹੈ, ਉੱਥੇ ਰਹਿਣ ਦਿਓ ਗੱਡੀ ਨੂੰ। ਮਗਰ ਇਹ ਬੰਦਿਆਂ ਨੇ ਕੀ ਕੀਤਾ, ਗੱਡੀ ਹਜੇ ਵੀ ਮੇਰੀ ਅੰਦਰ ਦੇਖੋ ਲੱਗੀ ਹੈ, ਕਦੀ ਬੈਟਰੀਆਂ ਚੇਂਜ ਕਰ ਦਿੰਦੇ ਆ ਮੇਰੀ ਗੱਡੀ ਦੇ ਵਿੱਚ, ਦੇਖੋ ਸਟੱਪਣੀ ਹੈ ਤੱਕ ਚੋਰੀ ਕਰਕੇ ਲਗਾਉਂਦੇ ਆ। ਆਓ ਮੈਂ ਤੁਹਾਨੂੰ ਸਟੱਪਣੀ ਵੀ ਦਿਖਾਉਣਾ, ਪਿੱਛੇ ਚੋਰੀ ਕਰਕੇ ਲਗਾਈ ਦਿਖਾਉਣਾ ਮੈਂ, ਹਰ ਰੇਕ ਚੋਰੀ ਦਾ ਕੰਮ ਕਰਦੇ ਆ ਇੱਕ ਹਿਸਾਬ ਦੇ। ਔਰ ਮੇਰਾ ਨਾਂ ਗੁਰਮੀਤ ਕੌਰ ਹੈ। ਕੀ ਗੱਲ ਹੈ? ਬਸ ਇਹੋ ਹੀ ਭਾਜੀ, ਜਿਹੜਾ ਸਾਡੇ ਨਾਲ ਧੋਖਾ ਹੋਇਆ, ਇਹਨੇ ਮੈਨੂੰ ਕਿਹਾ ਸੀ ਵੀ ਭੈਣ ਮੈਂ ਤੈਨੂੰ ਗੱਡੀ ਚੇਂਜ ਕਰਕੇ ਦਾਂਗਾ ਤੇ ਗੱਡੀ 'ਚ ਪ੍ਰੋਗਰਾਮ ਹੈ। ਇਹਨੇ ਉਹੋ ਹੀ ਬੈਟਰੀਆਂ ਅਤੇ ਉਹੀ ਗੱਡੀ ਸਾਨੂੰ ਦੇਤੀ, ਉਹਨੂੰ ਰੰਗ ਕਰਕੇ ਅਤੇ ਸਾਨੂੰ ਗੱਡੀ ਇਹਨੇ ਦੇਤੀ, ਅਤੇ ਧੱਕੇ ਨਾ ਉਹ ਲਿਖਾ ਲਿਆ ਸਾਡੇ ਤੋਂ ਐਂਟਰੀ ਮਿੰਟ, ਅਤੇ ਨਾ ਹੁਣ 3 ਮਹੀਨਿਆਂ ਦੀ ਗਰੰਟੀ, ਉਹ ਵੀ ਹੁਣ ਇਹਨੇ ਸਾਨੂੰ ਕੋਈ ਤਿੰਨ ਸਾਲ ਦੀ ਗਰੰਟੀ ਉਹ ਵੀ ਨਹੀਂ ਹੁਣ ਸਾਨੂੰ ਦਿੱਤੀ, ਅਤੇ ਜਿਹੜੀ ਬੈਟਰੀਆਂ ਦੀ ਜ਼ਿੰਮੇਵਾਰੀ ਉਹ ਵੀ ਨਹੀਂ ਹੁਣ ਸਾਨੂੰ ਕਿਸੇ ਚੀਜ਼ ਦੀ, ਇਹਨੇ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ। ਅਸੀਂ ਇਹੋ ਹੀ ਮੰਗ ਕਰਦੇ ਹਾਂ ਵੀ ਸਾਡਾ ਪੈਸੇ ਵਾਪਸ ਹੋ ਜਾਂਦੇ, ਅੱਗੇ ਫਿਰ ਜੋ ਕਾਰਵਾਈ ਕੀਤੀ ਜਾਏਗੀ। ਭਾਈ ਆਕਾਸ਼,
ਬਈ ਇਹਨਾਂ ਨੇ ਪਹਿਲੇ ਆਪਾਂ ਗੱਡੀ ਵਾਲੋ ਇਹਨਾਂ ਨੇ ਪਹਿਲੇ ਫੋਨ ਕਰਕੇ ਗੱਡੀ ਵੇਚਣ ਨੂੰ ਕੀਤਾ ਕਿ ਆਇਓ ਗੱਡੀ ਵਧੀਆ ਫਲਾਣਾ ਤੇ ਆਪਾਂ ਗੱਡੀ ਇੱਥੇ ਲੈਣ ਆਏ। ਇਹਨਾਂ ਨੇ ਕਿਹਾ ਕਿ 9000 ਤੁਹਾਡੀ ਕਿਸ਼ਤ ਬਣੇਗੀ, 33000 ਤੁਸੀਂ ਨਗਦ ਦੇ ਦਿਓ। ਅਸੀਂ ਪੜ੍ਹਦੇ ਵੀ ਹਾਂ ਨਾਲ ਨਾਲ, ਸਕੂਲੋਂ ਆ ਕੇ ਗੱਡੀ ਚਲਾਉਣੀ ਹੁੰਦੀ ਆ, ਮੈਂ ਤਾਂ ਸ਼ਰਮ ਵੀ ਨਹੀਂ ਕਰਦਾ, ਫਿਰ ਵੀ ਮੈਂ ਸਕੂਲੇ ਵੀ ਲੈ ਆਉਂਦਾ ਗੱਡੀ। ਅਤੇ ਇਹਨਾਂ ਨੇ ਇਹਦੇ ਕੋਲ ਆਉਣਾ ਕਿ ਕੱਲ੍ਹ ਆਈਓ, ਅੱਜ ਬੰਦਾ ਰੋਟੀ ਖਾਏਦਾ ਫਲਾਣਾ ਕਰਨਾ, ਇੱਦਾਂ ਕਰਦੇ ਆ, ਧੱਕਾ ਕਰਦੇ ਪਿਆ ਸ਼ਰੇਆਮ ਹੀ, ਆ ਕੇ ਇੱਧਰ ਆਓ ਅਤੇ ਬਦਮਾਸ਼ੀ ਦਿਖਾਉਂਦੇ ਆ ਕਿ ਅੰਦਰ ਸਮਾਨ ਪਿਆ ਤਾਂ ਆਪਾਂ ਲੜਨ ਨੂੰ ਫਲਾਣਾ ਆ, ਇੱਦਾਂ ਆ, ਧਮਕੀਆਂ ਲਾਉਂਦੇ ਆ ਅੱਗੋਂ। ਪਹਿਲਾਂ ਮੋਟਰ ਸੜੀ, ਇਹਨਾਂ ਨੇ ਇੱਕ ਵਾਰ ਮੋਟਰ ਪਾਤੀ, ਦੂਜੀ ਵਾਰ ਸੜੀ ਪਾਤੀ, ਤੀਜੀ ਵਾਰ ਕਹਿੰਦੇ ਹੁਣ ਪੈਸੇ ਲੱਗਣੇ ਆ। ਗਰੰਟੀ ਕਿਸ ਸਾਲ ਦੀ ਆ? ਹਲੇ 2 ਮਹੀਨੇ ਹੋਏ ਗੱਡੀ ਨੂੰ, ਫਿਰ ਕਹਿੰਦੇ ਪਿਆ ਗੱਡੀ ਠੀਕ ਆ, ਠੀਕ ਆ, ਗੱਡੀ ਠੀਕ ਆ, ਅਤੇ ਫਿਰ ਕਹਿੰਦੇ 160 ਚੱਲਦੀ ਆ, ਅਤੇ 30 ਕਿਲੋਮੀਟਰ ਕਿਉਂ ਚੱਲਦੀ ਪਈ ਆ? ਕੰਪਨੀ ਜੀ ਕਹਿੰਦੇ 160 ਚੱਲਦੀ ਆ, 160 ਚੱਲੇ ਨਾ, 160 ਕੀ 130 ਚੱਲੇ ਤਾਂ ਆਪਾਂ ਫਿਰ ਵੀ ਮੰਨਦੇ ਹਾਂ, ਅਤੇ ਇਹ ਤਾਂ 60-30 ਕਿਲੋਮੀਟਰ 'ਚ ਬੰਦ ਹੋਏ ਗੱਡੀ ਆ। ਮੇਰੇ ਡੈਡੀ ਹੈਗੇ ਪੈਰਾਲਾਈਜ਼ ਮਰੀਜ਼, ਮੈਂ ਹੈਗਾ ਇਕੱਲਾ ਕਮਾਉਣ ਵਾਲਾ ਘਰ ਤੋਂ, ਕਿਉਂਕਿ ਡੈਡੀ ਦੇ ਨਾਲ ਮੰਮਾ ਤਾਂ ਮੈਂ ਹੀ ਕਰਦਾ ਵਾ ਇਸ ਟਾਈਮ 'ਤੇ, ਡੈਡੀ ਫਿਰ ਵੀ ਕੰਮ ਕਰਦੇ ਪਏ ਥੋੜ੍ਹਾ ਬਹੁਤਾ ਜਿੰਨਾ ਹੋ ਸਕਦਾ। ਉਸ ਤੋਂ ਮੈਂ ਵੀ ਕਰਦਾ ਵਾ, ਮੰਮਾ ਦਾ ਓਪਰੇਸ਼ਨ ਹੋਏ ਦਾ, ਅਤੇ ਡੈਡੀ ਮੇਰੇ ਪੈਰਾਲਾਈਜ਼ ਦੇ ਆ, ਮੇਰਾ ਵੀ ਓਪਰੇਸ਼ਨ ਹੋਏ ਦਾ, ਮੇਰੇ ਰਾਡਾਂ ਪਈਆਂ ਹੋਣ ਜੀ ਡੇਲ ਆ। ਇਹ ਹੋ ਗਿਆ ਪਹਿਲਾ ਹਫ਼ਤਾ ਇੱਥੇ ਲੱਗੀ ਰਹੀ ਆ, ਹੁਣ ਫਿਰ 3 ਦਿਨ ਹੋ ਗਏ, ਅੱਜ ਫਿਰ ਇੱਥੇ ਲੱਗੀ ਦੇ 3 ਦਿਨ ਦੀ। ਮੰਗ ਇਹ ਕਰਦੇ ਹਾਂ, ਜਾਂ ਤਾਂ ਸਾਡੇ ਪੈਸੇ ਦੇ ਦੇਣ ਵਾਪਸ, ਜਾਂ ਤਾਂ ਗੱਡੀਆਂ ਨੂੰ ਨਵੀਂ ਦੇ ਦੇਣ। ਅਗਲਾ ਸਟੈਪ ਇਹ ਆ ਕਿ ਸਾਨੂੰ ਗੱਡੀ ਸਹੀ ਰਿਪੇਅਰਿੰਗ ਕਰ ਦੇਣ, ਤਾਂ ਅਸੀਂ ਚਲਾਈਏ, ਜੇ ਮੁੜ ਕੇ ਨੁਕਸਾਨ ਹੋ ਗਿਆ ਫਿਰ ਮੁੜ ਕੇ ਪੈਸੇ ਭਰਨ। ਪਠਾਨਕੋਟ ਸੁਜਾਨਪੁਰ ਚ ਘੱਟੋ ਘੱਟ 150-200 ਗੱਡੀ ਆ, ਬਾਕੀ ਕਸਟਮਰਾਂ ਨੇ ਸਾਰੇ ਆਏ ਦੇ ਆ ਜਿਨ੍ਹਾਂ ਨੇ ਗੱਡੀਆਂ ਲਈਆਂ, ਪੁੱਛੋ। ਇਹ ਤਾਂ ਵੀ ਇੱਕ ਜਦੋਂ ਇਹਦੇ ਕੋਲ 2 ਕਿਸ਼ਤਾਂ ਨਾ ਨਾ ਦਿੱਤੀਆਂ ਜਾਣ, ਹਰ ਮਹੀਨੇ ਲੜਨ ਆ ਜਾਂਦਾ। ਇਹ ਮੇਰੇ ਕੋਲ ਮੁਕੇਸ਼ ਸ਼ਰਮਾ ਨਾਮ ਦਾ ਮੁੰਡਾ ਸ਼ੁੱਕਰਵਾਰ ਆਇਆ, ਕਹਿੰਦਾ ਮੇਰੀ ਬ੍ਰੇਕ ਘੱਟ ਆ, 10,000 ਕਿਲੋਮੀਟਰ ਇਹਦੀ ਗੱਡੀ ਚੱਲ ਗਈ ਦੀ ਆ। ਮੇਰੇ ਮਕੈਨਿਕ ਨੇ ਕਿਹਾ ਇਹਦੇ ਲੈਦਰ ਚੇਂਜ ਹੋਣੇ ਆ, 3,000-4,000-5,000 ਤੋਂ ਬਾਅਦ ਈ ਰਿਕਸ਼ਾ 'ਚ ਇੰਜਨ ਨਹੀਂ ਹੈਗਾ, ਬੈਟਰੀ ਆ ਗੱਡੀ ਚੱਲਦੀ ਆ, ਲੈਦਰ ਪੈਣੀ ਆ। ਉਹਨੇ ਕਿਹਾ 500 ਰੁਪਏ ਦਾ ਲੈਦਰ ਆ, ਲੈਦਰ ਨਹੀਂ ਗਰੰਟੀ ਜਾਂਦੇ। ਬਸ ਉਹ ਚੀਜ਼ ਤੋਂ ਗੱਡੀ 'ਤੇ ਛੱਡ ਗਿਆ। ਮੈਨੂੰ ਕਹਿੰਦਾ 500 ਮੈਂ ਕਿਸ ਚੀਜ਼ ਦਾ ਖਰਚਾ? ਗਰੰਟੀ ਕਾ ਸਾਨੂੰ ਕੰਪਨੀ ਬੁਲਾਉਂਦੀ ਆ, ਬੈਟਰੀ ਮੋਟਰ ਕੰਟਰੋਲਰ ਚਾਰਜਰ। ਇਹਦਾ ਪਹਿਲੇ ਮੋਟਰ ਸੜੀ ਮੈਂ ਫ੍ਰੀ ਬਦਲੀ ਉਸੇ ਵੇਲੇ, ਕੰਟਰੋਲਰ ਸੜਿਆ ਗਰੰਟੀ 'ਚ, ਉਹ ਮੈਂ ਉਸੇ ਵੇਲੇ ਫ੍ਰੀ ਪਾਇਆ। ਫਿਰ ਇਹਦੀ ਕਹਿੰਦਾ ਐਵਰੇਜ ਘੱਟ ਆ, ਬੈਟਰੀਆਂ ਦੀ ਪ੍ਰੋਬਲਮ ਆਈ। ਮੈਂ ਕੰਪਨੀ ਦਾ ਬੰਦਾ ਬੁਲਾਇਆ, ਉਕਾਇਆ ਕੰਪਨੀ ਦੀਆਂ ਬੈਟਰੀਆਂ, ਉਕਾਇਆ ਇੰਜੀਨੀਅਰ ਬੁਲਾਇਆ, ਉਹਨੇ ਚੈੱਕ ਕੀਤੀਆਂ, ਇੱਕ ਬੈਟਰੀ ਦੀ ਖਰਾਬ ਸੀ, ਇੱਕ ਬੈਟਰੀ ਉਹਨੇ ਚੇਂਜ ਕਰਤੀ। ਕਹਿੰਦਾ ਮੇਰੀਆਂ ਸਾਰੀਆਂ ਚੇਂਜ ਕਰੋ। ਕੱਲ੍ਹ ਵੀ ਕੰਪਨੀ ਦਾ ਬੰਦਾ ਆਇਆ, ਕੱਲ੍ਹ ਵੀ ਇਹ ਇੱਥੇ ਆਇਆ, ਇਹਨੂੰ ਬੁਲਾਇਆ, ਕੱਲ੍ਹ ਕੰਪਨੀ ਦਾ ਬੰਦੇ ਨੇ ਇਹਨੂੰ ਬੁਲਾਇਆ, ਆ ਬੈਟਰੀਆਂ ਚੈੱਕ ਕਰਾਂ। ਚਾਰੇ ਬੈਟਰੀਆਂ ਠੀਕ ਹੈ, ਜਿਹੜੀ ਬੈਟਰੀ ਠੀਕ ਹੈ ਉਹ ਕੰਪਨੀ ਕਿਉਂ ਬਦਲੇਗੀ? ਜਿਹੜੀ ਬੈਟਰੀ ਹਾਂ ਖਰਾਬ ਹੈ, ਅਸੀਂ ਬਦਲਣ ਨੂੰ ਤਿਆਰ ਹੈ। ਜਿਹੜੀ ਚੀਜ਼ ਗਰੰਟੀ 'ਚ ਆ ਉਹ ਮੈਂ ਇਹਨੂੰ ਫ੍ਰੀ ਦੇਣ ਨੂੰ ਦਿੰਦਾ, ਹਰ ਇੱਕ ਗਾਹਕ ਨੂੰ ਦਿੰਦਾ, ਬਾਕੀ ਗਾਹਕਾਂ ਕੋਲ ਵੀ ਤੁਸੀਂ ਵੈਰੀਫਾਈ ਕਰ ਸਕਦੇ ਹੋ। ਜਿਹੜੀ ਚੀਜ਼ ਨਹੀਂ ਗਰੰਟੀ 'ਚ ਉਹ ਤਾਂ ਪੇਡ ਹੈ। ਇਹ ਬਸ ਜਦੋਂ ਇਹਦੇ ਕੋਲ ਬੈਂਕ ਦੀ ਕਿਸ਼ਤ ਨੇ ਦੇਣੀ ਹੋਏ ਨਾ, ਉਦੋਂ ਇਹਦੀ ਗੱਡੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਆ। ਇੱਕ ਉਹ ਦੂਜਾ ਜਿਹੜਾ ਉਹਦੀ ਗੱਡੀ ਮੈਂ ਚੇਂਜ ਕਰਾ ਕੇ ਦਿੱਤੀ ਆ, ਉਹਦਾ ਮੇਰੇ ਨਾਲ ਐਫੀਡੈਵਿਟ ਲਿਖ ਲਗਾ ਹੋ ਗਏ ਦਾ, ਪ੍ਰਿੰਸ ਕੁਮਾਰ ਦਾ। ਉਹਦੇ ਉਹਨੇ ਟਰੱਕ ਦਾ ਮੇਰਾ ਹਜੇ ਤੱਕ ਕਿਰਾਇਆ ਨਹੀਂ ਦਿੱਤਾ, ਉਹਦੇ ਮਾਮੇ ਨਾਲ ਵੀ ਲਿਖ ਲਗਾ ਹੋਇਆ, ਇਹਦਾ ਵੀ ਹੋਇਆ, ਇਹਨਾਂ ਮੇਰਾ ਲਿਖ ਲਗਾ ਹੋ ਗਿਆ। ਇਹਦੀ ਗੱਡੀ ਮੈਂ ਚੇਂਜ ਕੰਪਨੀ ਕੋਲ ਕਰਾਤੀ ਸੀ, ਟੈਕਨੀਕਲ ਫਾਲਟ ਸੀ। ਕੰਪਨੀ ਗੱਡੀ ਤਾਂ ਚੇਂਜ ਕਰਦੀ ਹੈ ਜੇ ਕੋਈ ਟੈਕਨੀਕਲ ਫਾਲਟ ਹੋਏ, ਬਾਕੀਆਂ 'ਚ ਕੋਈ ਗੱਡੀ 'ਚ ਟੈਕਨੀਕਲ ਫਾਲਟ ਨਹੀਂ। 150-200 ਗੱਡੀਆਂ ਜੀ ਪਠਾਨਕੋਟ ਜਾਂ ਸੁਜਾਨਪੁਰ 'ਚ ਵੇਚੀ ਆ, ਕਿਸੇ ਕੋਲ ਵੈਰੀਫਾਈ ਕਰ ਲਓ, ਕਿਸੇ ਨੂੰ ਸਾਡੀ ਸਰਵਿਸ ਪੁੱਛ ਲਓ। ਇੱਥੇ ਆ ਕੇ ਰੌਲਾ ਪਾਉਂਦੇ ਆ, ਬਾਕੀ ਬੰਦਿਆਂ ਨੂੰ ਵੀ ਧਮਕੀਆਂ ਦਿੰਦੇ ਆ। ਉਹ ਜਿਹੜਾ ਮੁਕੇਸ਼ ਨਾਮ ਦਾ, ਇਹ ਬੰਦੇ ਨੂੰ ਹੱਥੀ ਪਿਆ, ਇਹਦੇ ਪਿਓ ਦੀ ਉਮਰ ਦੇ ਬਰਾਬਰ ਦਾ, ਇਹ ਦੇਖੋ, ਇਹ ਬੰਦੇ ਨੂੰ ਆ ਕੇ ਹੱਥੀ ਪਿਆ। 2 ਬੰਦੇ ਹੋਰ ਰਾਏ ਕਰਦੇ ਆ, ਪੁੱਛੋ ਉਹਨਾਂ ਨੇ ਛਡਾਇਆ ਇਹਨੂੰ, ਇਹ ਬਦਮਾਸ਼ੀ ਕਰਦਾ ਪਿਆ। ਮੈਂ ਰਾਤ ਦੀ ਥਾਣੇ 'ਚ ਦਰਖਾਸਤ ਵੀ ਦਿੱਤੀ ਆ, ਉਹਨਾਂ ਨੇ ਇਹਨੂੰ 4 ਵਜੇ ਦਾ ਟਾਈਮ ਦਿੱਤਾ ਸੀ ਥਾਣੇ ਆ, ਅੱਜ ਫਿਰ ਇੱਥੇ ਆ ਕੇ ਤੁਹਾਡੇ ਸਾਹਮਣੇ ਕਿੱਦਾਂ ਬੋਲ ਬੁਲਾਰਾ ਕਰਦਾ ਪਿਆ। ਨਾ ਗੱਡੀ ਵਾਪਸ ਆਉਂਦੀ, ਨਾ ਪੈਸੇ ਵਾਪਸ ਆਉਂਦੇ।
ਜਦੋਂ ਇਹਦੀ ਬੈਂਕ ਦੀ ਕਿਸ਼ਤ ਹੋਏ ਉਦੋਂ ਇਹਦੀ ਗੱਡੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਆ, ਬਾਕੀਆਂ ਦੀ ਕਿਉਂ ਨਹੀਂ ਹੁੰਦੀ? ਬਾਕੀ ਇਹਨਾਂ ਨੇ ਵੀ ਸਾਰਿਆਂ ਨੇ ਬੈਂਕ ਕੇਸ ਕਰਾਈ ਦੇ ਜੀ। ਪਰ ਸਰ ਇੱਥੇ ਕੱਲਾ ਮੁਕੇਸ਼ ਨਹੀਂ ਹੈਗਾ, ਉਹਦੇ ਨਾਲ ਦੋ ਹੋਰ ਵੀ ਲੜਕੇ ਕਹਿ ਰਹੇ ਆ। ਮੈਡਮ ਜੀ ਉਹ ਵੀ ਇਹਦੀ ਚੁੱਕਣੀ ਆ, ਪੁੱਛੋ ਜਿਹੜੀ ਚੀਜ਼ ਗਰੰਟੀ ਚਾਹੀਏ ਉਹਨਾਂ ਫ੍ਰੀ ਦਿੰਦੇ ਆ, ਨਹੀਂ ਜਿਹੜੀ ਗੱਡੀ ਦੀ ਰਿਪੇਅਰ ਆ ਰਿਪੇਅਰ ਤਾਂ ਹੋਣੀ ਹੋਣੀ ਆ, ਜਿਹੜੀ ਗੱਡੀ ਦੀ ਜਿਹੜੀ ਚੀਜ਼ ਗਰੰਟੀ ਚ ਮੇਰੇ ਕੋਲ ਜਿਲੇ ਮਰਜ਼ੀ ਫ੍ਰੀ ਲੈਣ, ਬੈਟਰੀ ਮੋਟਰ ਕੰਟਰੋਲਰ ਚਾਰਜਰ, ਚਾਰ ਚੀਜ਼ਾਂ ਦੀ ਗਰੰਟੀ ਆ, ਪੰਜਵੀਂ ਚੀਜ਼ ਆ ਬਾਕੀ ਸਾਰੀ ਪੇਡ ਆ। ਉਹ ਸਾਰੀ ਉਹਦੀ ਚੁੱਕਣੀ ਆ, ਬਾਕੀ ਤੀਜਾ ਬੰਦਾ ਕਿਉਂ ਨਹੀਂ ਆਇਆ ਦੱਸੋ, ਚੌਥਾ ਕਿਉਂ ਨਹੀਂ ਆਇਆ, ਉਹ ਵੀ ਪਤਾ ਨਹੀਂ ਸਵੇਰ ਦਾ ਲੱਗੇਗਾ ਇਕੱਠੇ ਕਰਨ। कैमरामैन हनी के साथ अजय सैनी की रिपोर्ट।